ਟੋਰਾਂਟੋ ਸ਼ਹਿਰ ਬ੍ਰੈਂਪਟਨ ਦੇ ਵਿੱਚ। ਔਰ ਇੱਥੇ ਦੇਖਣ ਵਾਲੀ ਸਾਧ ਸੰਗਤ ਜੀ ਬੜੀ ਹੈਰਾਨੀਜਨਕ ਚੀਜ਼ ਹੈ ਵੀ ਇਹਨਾਂ ਮੁਲਕਾਂ ਵਿੱਚ ਵੀ ਪੰਜਾਬੀਆਂ ਨੇ, ਖਾਸ ਕਰਕੇ ਸਿੱਖਾਂ ਨੇ, ਆਪਣੀ ਵਿਰਾਸਤ ਨੂੰ ਜਿਹੜਾ ਕਿਵੇਂ ਕਾਇਮ ਰੱਖਿਆ ਹੋਇਆ। ਪਰ ਜੇ ਆਪਾਂ ਦੇਖੀਏ ਇਸ ਦੇ ਮੁਕਾਬਲੇ ਪੰਜਾਬ ਦੇ ਵਿੱਚ ਸਾਨੂੰ ਇੰਨੀਆਂ ਵਿਰਾਸਤੀ ਵਸਤੂਆਂ ਉਪਲਬਧ ਨਹੀਂ ਹੋ ਸਕਦੀਆਂ ਜਿੰਨੀਆਂ ਕਿ ਕੈਨੇਡਾ ਦੇ। ਇਹ ਜਿਹੜਾ ਸਿੱਖ ਵਿਰਾਸਤ ਬਹੁਤ ਸੋਹਣਾ ਇੱਕ ਉਪਰਾਲਾ ਹੈ ਜੋ ਇੱਥੇ ਬਣਾਇਆ ਹੈ ਬ੍ਰੈਂਪਟਨ ਦੇ ਵਿੱਚ। ਔਰ ਸਾਡੀ ਵਿਰਾਸਤੀ ਹਰ ਚੀਜ਼ ਇੱਥੇ ਉਪਲਬਧ ਹੈ, ਜੋ ਵੀ ਚੀਜ਼ ਸਾਨੂੰ ਚਾਹੀਦੀ ਹੈ ਉਹ ਇੱਥੋਂ ਪ੍ਰਾਪਤ ਹੋ ਸਕਦੀ ਹੈ, ਜੋ ਕਿ ਗੁਰਮਤ ਅਨੁਸਾਰ ਹੀ ਖਾਲਸੇ ਦੀ ਵਿਰਾਸਤ ਨਾਲ ਜੁੜੀਆਂ ਹੋਈਆਂ ਤਮਾਮ ਵਸਤੂਆਂ ਇੱਥੋਂ ਮਿਲ ਸਕਦੀਆਂ। ਐਡਾ ਵੱਡਾ ਸਟੋਰ ਜਿਹੜਾ ਸਾਧ ਸੰਗਤ ਜੀ ਹੈ, ਮੈਂ ਐਡਾ ਪੰਜਾਬ 'ਚ ਨਹੀਂ ਦੇਖਿਆ ਕਿਤੇ ਕਿ ਜਿੱਥੋਂ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਖਾਲਸਾ ਵਿਰਾਸਤੀ ਚੀਜ਼ਾਂ ਨੇ ਸਾਰੀਆਂ ਮਿਲਦੀਆਂ ਹੋਣ, ਕਿਸੇ ਨੇ ਵੀ ਜੋ ਵੀ ਡਿਮਾਂਡ ਹੋਵੇ ਕਿਸੇ ਦੀ ਉਹ ਪ੍ਰਾਪਤ ਕਰ ਸਕੇ। ਆਹ ਦੇਖੋ ਸਾਧ ਸੰਗਤ ਜੀ, ਹਰ ਤਰ੍ਹਾਂ ਦੇ ਚੋਲੇ ਕਿਸੇ ਵੀ ਰੰਗ ਦਾ ਹੋਵੇ ਪ੍ਰਾਪਤ ਕਰ ਸਕਦੇ ਹਾਂ, ਅਸੀਂ ਇੱਥੋਂ ਲੈ ਸਕਦੇ ਹਾਂ ਬੱਚਿਆਂ ਦੇ ਵੱਡੇ, ਕਿਉਂਕਿ ਕੈਨੇਡਾ ਵਰਗੇ ਸ਼ਹਿਰ ਦੇ ਵਿੱਚ ਚੋਲਾ ਸਿਮਾਉਣਾ ਜਾਂ ਟੇਲਰ ਮਾਸਟਰ ਵੀ ਨਹੀਂ ਮਿਲਦੇ ਪੰਜਾਬ ਵਾਂਗੂ, ਪਰ ਇੱਥੋਂ ਸਾਰੀਆਂ ਚੀਜ਼ਾਂ ਉਪਲਬਧ ਨੇ। ਹਰ ਤਰ੍ਹਾਂ ਦੇ ਕਛਹਿਰੇ ਛੋਟੇ ਤੋਂ ਲੈ ਕੇ ਵੱਡੇ ਤੱਕ, ਬੱਚਿਆਂ ਤੋਂ ਲੈ ਕੇ ਸਾਰੇ, ਹਰ ਤਰ੍ਹਾਂ ਦੇ ਇੱਥੇ ਜਿਹੜੇ ਕਛਹਿਰੇ ਨੇ ਉਹ ਪ੍ਰਾਪਤ ਹੋ ਸਕਦੇ ਨੇ। ਔਰ ਆਹ ਦੇਖੋ ਚੋਲੇ ਨੇ, ਇਹ ਹਰ ਤਰ੍ਹਾਂ ਦੇ ਚੋਲੇ, ਨਿਹੰਗ ਸਿੰਘਾਂ ਵਾਲੇ ਚੋਲੇ, ਸਿੰਪਲ ਚੋਲੇ ਪ੍ਰਾਪਤ ਹੁੰਦੇ ਨੇ। ਆ ਸਾਰੀਆਂ ਹੀ ਖਾਲਸਾਈ ਵਿਰਾਸਤੀ ਹੈ ਜਿੰਨੀ ਹੈ। ਅੰਮ੍ਰਿਤ ਛਕਾਉਣ ਦੇ ਲਈ ਆਹ ਦੇਖੋ ਵੱਡੇ ਜਿਹੜਾ ਬਾਟਾ ਧਰਦੇ ਆਪਾਂ ਗੁੰਡੇ ਪਏ ਨੇ, ਇਹ ਸਾਰੇ ਸ਼ਸਤਰ ਨੇ, ਕਿਰਪਾਨਾਂ ਅਤੇ ਗੱਤਕੇ ਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਹੀ ਸ਼ਸਤਰ, ਗੱਤਕੇ ਵਾਲੇ ਸਿੰਘਾਂ ਦੇ ਸਾਰੇ ਸ਼ਸਤਰ ਪਏ ਨੇ। ਔਰ ਕੀਮਤੀ ਕਿਤਾਬਾਂ ਪਈਆਂ ਨੇ, ਕਿਤਾਬ ਵੀ ਜੋ ਚਾਹੂੰ ਤਾਂ ਧਰਮ ਦੇ ਨਾਲ, ਸਿੱਖ ਧਰਮ ਦੇ ਨਾਲ ਰਿਲੇਟਡ ਸਾਰੀਆਂ ਪ੍ਰਾਪਤ ਕਰ ਸਕਦੇ ਹਾਂ। ਗੱਡੀਆਂ ਦੇ ਵਿੱਚ ਟੰਗਣ ਦੇ ਲਈ ਇਹ ਲੋਗੋ ਨੇ। ਇਹ ਸਾਡੀਆਂ ਇਤਿਹਾਸਕ, ਧਾਰਮਿਕ, ਗੁਰਬਾਣੀ ਦੀਆਂ, ਗੁਰੂ ਸਾਹਿਬਾਨ ਦੇ ਜੀਵਨ ਦੇ ਸੰਬੰਧ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਕਿਤਾਬ ਹੈ ਪੰਜਾਬੀ ਦੀ, ਉਹ ਇੱਥੋਂ ਪ੍ਰਾਪਤ ਹੁੰਦੀ ਹੈ। ਅਤੇ ਦੇਖੋ ਕਮਾਲ ਦੀ ਗੱਲ ਹੈ ਵੀ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਹ ਬਹੁਤ ਹੀ ਸੋਹਣਾ ਗੁਰਸਿੱਖਾਂ ਨੇ ਉਪਰਾਲਾ ਕੀਤਾ ਗਿਆ ਹੈ। ਸਾਰੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਔਰ ਗੁਰਬਾਣੀ ਦੇ ਨਾਲ ਸੰਬੰਧਿਤ ਕਿਤਾਬਾਂ, ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਿਤਾਬਾਂ, ਹਰ ਤਰ੍ਹਾਂ ਦੀ ਬੁੱਕਸ ਨੇ ਜਿਹੜੀਆਂ ਇੱਥੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਨਾਲੇ ਕਿਤਾਬਾਂ ਵੀ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੀਆਂ, ਕੋਈ $4 ਦੀ ਕਿਤਾਬ ਹੈ, ਕੋਈ $5 ਦੀ ਹੈ, ਵੱਧ ਤੋਂ ਵੱਧ $5-7 ਜਾਂ $10 ਤੱਕ ਹੈ ਜੋ ਜ਼ਿਆਦਾ ਵੱਡੀ ਕਿਤਾਬ ਹੈ। ਬੱਚਿਆਂ ਦੇ ਲੈਵਲ ਦੀਆਂ ਕਿਤਾਬਾਂ ਪਈਆਂ, ਦੇਖੋ ਗੁਰਸਿੱਖੀ ਦੇ ਕਾਇਦੇ ਸਾਰੇ ਬੱਚਿਆਂ ਦੇ ਪੜ੍ਹਨ ਯੋਗ, ਹਰ ਤਰ੍ਹਾਂ ਦੀਆਂ ਤਸਵੀਰਾਂ ਨੇ ਇੱਥੇ। ਔਰ ਜਿੰਨਾ ਵੀ ਸਾਜੋ ਸਮਾਨ ਸਾਡਾ ਸਿੱਖ ਵਿਰਾਸਤ ਦਾ ਹੁੰਦਾ ਹੈ ਉਹ ਤਕਰੀਬਨ ਇੱਥੇ ਹਰ ਚੀਜ਼ ਉਪਲਬਧ ਹੈ। ਬਹੁਤ ਵੱਡਾ ਹੀ ਬਣਾਇਆ ਹੋਇਆ ਇਹ ਖਾਲਸਾ ਵਿਰਾਸਤੀ ਇੱਕ ਸਟੋਰ ਹੈ। ਔਰ ਇੱਥੇ ਦਸਤਾਰਾਂ, ਪੱਗਾਂ, ਪਟਕੇ ਇਹ ਵੀ ਇੱਥੋਂ ਪ੍ਰਾਪਤ ਹੁੰਦੇ ਨੇ। ਅਤੇ ਇੰਨੀਆਂ ਚੀਜ਼ਾਂ ਇੱਕ ਜਗ੍ਹਾ 'ਤੇ ਉਪਲਬਧ ਹੋਣੀਆਂ ਬੜੀ ਹੈਰਾਨੀ ਦੀ ਗੱਲ ਹੈ।
ਸ਼ਾਸਤਰ ਸਾਰੇ ਇੱਥੇ ਮਿਲਦੇ ਨੇ। ਆਹ ਦੇਖੋ ਹਰ ਤਰ੍ਹਾਂ ਦੇ ਬੱਚਿਆਂ ਦੇ ਪਟਕੇ ਔਰ ਹਰ ਤਰ੍ਹਾਂ ਦੀਆਂ ਗੱਡੀਆਂ ਦੇ ਵਿੱਚ ਕਿਰਪਾਨਾਂ ਦੇਖੋ, ਸੁਨਹਿਰੀ ਕਿਰਪਾਨਾਂ, ਸਰਬ ਲੋਧੀਆਂ ਅਤੇ ਹਰ ਤਰ੍ਹਾਂ ਦੇ ਤੇਗੇ ਕੜੇ। ਆਹ ਦੇਖੋ ਹਰ ਤਰ੍ਹਾਂ ਦੇ ਕੜੇ ਨੇ ਇੱਥੇ, ਸਟੀਲ ਦੇ ਕੜੇ, ਸਰਬ ਲੋਹ ਦੇ ਕੜੇ, ਤਾਂਬੇ ਦੇ ਕੜੇ, ਹਰ ਤਰ੍ਹਾਂ ਦੇ ਜਿਹੜੇ ਕੜੇ ਨੇ ਇੱਥੇ ਹਰ ਸਾਈਜ਼ ਦੇ ਉਪਲਬਧ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ। ਆਹ ਦੇਖੋ ਹਰ ਤਰ੍ਹਾਂ ਦੇ ਬੱਚਿਆਂ ਅਤੇ ਵੱਡਿਆਂ ਤੱਕ ਪਟਕੇ ਨੇ ਜਿਹੜੇ ਉਹ ਪਏ ਨੇ। ਇਹ ਵੀ ਅਸੀਂ ਆਹ ਦਸਤਾਰਾਂ ਨੇ ਸਾਰੀਆਂ, ਕਿਸੇ ਵੀ ਤਰ੍ਹਾਂ ਦੀ ਦਸਤਾਰ ਹੈ ਜਿਹੜੀ ਅਸੀਂ ਲੈ ਸਕਦੇ ਹਾਂ, ਰੂਬੀਆ ਦੀ ਲਓ, ਫੁੱਲ ਵੈਲ ਲਓ, ਹਰ ਤਰ੍ਹਾਂ ਦੀ ਦਸਤਾਰ, ਕੜੇ, ਕਿਰਪਾਨਾਂ, ਵੱਡੀਆਂ ਕਿਰਪਾਨਾਂ, ਤੇਗੇ, ਹਰ ਤਰ੍ਹਾਂ ਦੇ। ਬਹੁਤ ਅੱਛਾ ਲੱਗਿਆ ਜੀ ਸਤਿਸੰਗ।